सच बोल पता डैडी पटियाले है हाँ जाना डैडी पटियाले है हाँ जाना मेरी गल तो सुन डैडी एक मिनट हाँ जाना पहला तो डैडी पटियाले है हाँ जाना एक गल सुन डैडी पटियाले सोशल मीडिया से कोई ना कोई वीडियो वायरल होंगी रहती है पर अज की इस वीडियो को देख के तुसी हैरान हो जाओगे। वायरल हो रही इस वीडियो विच एक व्यक्ति जिसने कि झूठ बोल के दमदमी टकसाली जत्थे राजपुरा तो मदद मंगी आते मदद मंगने वाला व्यक्ति उन्हां कोल आके आखन लगा कि उसके पिता की हालत बहुत खराब है आते उसके पिता के इलाज लिए कुछ पैसों की जरूरत है ताकि वह अपने पिता का इलाज करवा सके आते व्यक्ति ने कहा कि उसके पिता हुण भी हस्पताल विच दाखिल हैं जबकि सच कुछ होर ही सी। असल विच सच की है पहला तो तुसी देखो सोशल मीडिया से वायरल हो रही यह वीडियो। हाँ जी बेटा हाँ जी बेटा रोना क्यों पे है कितने एक्सीडेंट हुआ है कदों एक्सीडेंट नहीं एक्सीडेंट एक्सीडेंट कदों कल 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 हुआ कितने हुआ एक्सीडेंट कोला डिपो को की करते सी पापा जी थोड़े कितने करते चौकीदारी ਇੱਥੇ ਕਰਦੇ ਨੇ ਤੇ ਹੁਣ ਕੀ ਕਹਿ ਰਹੇ ਪਟਿਆਲੇ ਵਾਲੇ ਨਹੀਂ ਤਨਖਾਹ ਤੇ ਦੇ 25,000 ਹੋਇਆ ਕੀ ਬਸ ਦਾਦਰ ਨੂੰ ਅੱਛਾ ਬੋਲਦੇ ਪਟਿਆਲੇ ਸਵੇਰੇ ਪਟਿਆਲੇ ਜਾਣੇ ਅਸੀਂ ਫਿਰ ਅਸੀਂ ਪਟਿਆਲੇ ਹਸਪਤਾਲ ਸਵੇਰੇ ਜਾਣੇ ਆ ਠੀਕ ਹੈ ਤੇ ਨੰਬਰ ਦੇ ਦੇ ਆਪਣਾ ਉੱਥੋਂ ਦਾ ਕੌਣ ਆ ਉੱਥੇ ਹਸਪਤਾਲ ਇਸ ਟਾਈਮ ਨੀ ਵਿਖਤੇ ਗਿਆ ਉੱਥੇ ਕੌਣ ਆ ਮਤਲਬ ਬੰਦਾ ਉੱਥੇ ਉੱਥੇ ਤੁਸੀਂ ਸਵੇਰੇ ਕਿਹੜੇ ਕਿਹੜੇ ਵਾਰਡ ਚ ਡੈਡੀ ਡੈਡੀ ਕਿਹੜੇ ਵਾਰਡ ਚ ਹੈ ਅੱਠ ਨੰਬਰ ਕੀ 18 ਨੀ ਬੈਡ ਤੇ ਆ ਕਿਹੜੇ ਬੈਡ ਤੇ ਆ ਨੀ ਕਿਹੜੇ ਵਾਰਡ ਵਾਰਡ ਕਿਹੜਾ ਵਾਰਡ ਕਿਹੜਾ ਅੱਛਾ ਤੇ ਉੱਥੇ ਨੰਬਰ ਹੈ ਕਿਸੇ ਹੱਥ ਹੋਣਾ ਉੱਥੇ ਕੌਣ ਆ ਇਸ ਟਾਈਮ ਕੋਈ ਨੀ ਵੇਖ ਲਾਂਗੇ ਸਵੇਰੇ ਉੱਥੇ ਚਲੇ ਜਾਂਦੇ ਠੀਕ ਹੈ ਡੈਡੀ ਪਟਿਆਲੇ ਹੈਗੇ ਨੇ ਬਾਬੂ ਜੀ ਸੱਚ ਬੋਲ ਪਹਿਲਾਂ ਡੈਡੀ ਪਟਿਆਲੇ ਹੈਗੇ ਨੇ ਇੱਕ ਗੱਲ ਤਾਂ ਹੱਥ ਛੱਡੋ ਹਾਂ ਜਾਣਾ ਡੈਡੀ ਪਟਿਆਲੇ ਹੈਗੇ ਮੇਰੀ ਗੱਲ ਤਾਂ ਹਾਂ ਜਾਣਾ ਮੇਰੀ ਗੱਲ ਤਾਂ ਸੁਣ ਡੈਡੀ ਇੱਕ ਮਿੰਟ ਗੱਲ ਤਾਂ ਹਾਂ ਜਾਣਾ ਮੇਰਾ ਤਾਂ ਡੈਡੀ ਪਟਿਆਲੇ ਹੈਗਾ ਨੇ ਹਾਂ ਜਾਣਾ ਇੱਕ ਗੱਲ ਸੁਣ ਲਓ ਡੈਡੀ ਪਟਿਆਲੇ ਹੈਗਾ ਨੇ ਡੈਡੀ ਪਟਿਆਲੇ ਹੈਗਾ ਨੇ ਖੜਾ ਡੈਡੀ ਪਟਿਆਲੇ ਹੈਗਾ ਨੇ ਹਾਂ ਜਾਣਾ ਡੈਡੀ ਪਟਿਆਲੇ ਹੈਗਾ ਨੇ ਹਾਂ ਨਹੀਂ ਹੈਗਾ ਨਾ ਤੈਨੂੰ ਕਹਿੰਦੇ ਪੈਸੇ ਲੈਣ ਵਾਸਤੇ ਕਿਹਨੇ ਭੇਜੇ ਕਿਹਨੇ ਆਇਆ ਤੁਹਾਨੂੰ ਪੈਸੇ ਲੈਣ ਤੂੰ ਕਹਿੰਦਾ ਵੀ ਡੈਡੀ ਮੇਰਾ ਤੂੰ ਆ ਰਿਹਾ ਮੈਨੂੰ ਪੈਸੇ ਦਿਓ ਮੈਂ ਪਟਿਆਲੇ ਜਾਣਾ ਮੈਂ ਡੈਡੀ ਮੇਰਾ ਉੱਥੇ ਉਹ ਕਰਦਾ ਜਿਹੜਾ ਤੈਨੂੰ ਕਿਹਾ ਚੱਲ ਹੁਣੇ ਚੱਲਦੇ ਹਸਪਤਾਲ ਆਪਾਂ ਹੁਣੇ ਚੱਲਦੇ ਹਸਪਤਾਲ ਪੈਸੇ ਕਿਹਦੇ ਲੈਣਾ ਹੈ ਕਿਹਦੇ ਲੈਣਾ ਹੈ ਪੈਸੇ ਕਿਹਦੇ ਲੈਣਾ ਹੈ ਸਾਡੇ ਪੁਲਿਸ ਨੂੰ ਫੋਨ ਕਰ ਕਿੱਥੋਂ ਆਇਆ ਤੇਰਾ ਘਰ ਕਿੱਥੇ ਦੇਣਾ ਕਿੱਥੇ ਜਾਂਦਾ ਜਾਂਦਾ ਕਿੱਥੇ ਜਾਂਦਾ ਕਿੱਥੇ ਜਾਂਦਾ ਕਿੱਥੇ ਜਾਂਦਾ ਕਿੱਥੇ ਕਾਫੀ ਫਰਾਮ ਹੋ ਸਕਦਾ ਪਹਿਲਾਂ ਕਿੱਥੇ ਘਰ ਕਿੱਥੇ ਹੈ ਮੁੰਡਾ ਮੁੰਡਾ ਹੁਣ ਤੇਰੇ ਮਫਰ ਤਾਂ ਮੈਨੂੰ
हाँ तुम पहला जी मेरे को आया कि डैडी मेरा मर गया रोंदा सी ता हवारदा सी है ना भी मैं टेंशन च मैं वाकई भी चौकीदार है कि कोई गलबात हो गई होवे भई असी इनू गल्लां गल्लां विच असी हिसाब ला लिया भी चल सवेरे जावांगा इहदी 100 रुपया दे दो है ना ते अंदाजा ला लिया साडे कोल हुण पता लग जांदा ते आह बंदा पैसे लैण आया नशेड़ी है ते छज्जू मर्जी ते हुण ढकानसू दा पिंड दा आ गया डैडी नूं कुछ नहीं होया ते ਹੁਣ ਕਹਿੰਦਾ ਵੀ ਮੈਨੂੰ ਮੇਰੇ ਫੋਨ ਨਿਕਲਦਾ ਐਸੇ ਚਲੋ ਕਰ ਫੋਨ ਕੋਲ ਮੈਂ ਖੜ ਜਾ ਤੈਨੂੰ ਖਾਵੇ ਨਾ 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 ਐਦਾਂ ਕਿਵੇਂ ਮਾਰਦਾ ਤੈਨੂੰ ਤੂੰ ਗਲਤ ਜਗ੍ਹਾ ਤੂੰ ਆ ਗਲਤ ਜਗ੍ਹਾ ਗਿਆ ਨਾ ਸੋ ਏਦਾਂ ਦੇ ਲੋਕ ਠੱਗੀਆਂ ਮਾਰਨ ਵਾਲੇ ਸੰਗਤ ਜੀ ਬਹੁਤ ਹੁੰਦੇ ਨੇ ਸੋ ਏਦਾਂ ਦੇ ਲੋਕਾਂ ਤੋਂ ਬਚੋ ਏਦਾਂ ਦੇ ਲੋਕਾਂ ਤੋਂ ਬਚੋ ਤੁਹਾਡੇ ਸਾਹਮਣੇ ਹੁਣ ਤੁਸੀਂ ਦੇਖਦੇ ਹੋ ਵੀ ਮੈਂ ਇਹ ਕੀ ਹਾਲਾਤ ਨੇ ਉਸ ਸਮਾਜ ਦੇ ਬਣੇ ਨੇ ਪਹਿਲੀ ਵੀਡੀਓ ਵੀ ਤੁਸੀਂ ਵੇਖਿਆ ਨਾ ਵੇਖੇ ਦੇਖ ਲਿਆ ਮੈਂ ਜੋੜੂੰਗਾ ਨਾਲ ਬਾਅਦ ਵਿੱਚ ਕੀ ਕਿਹਾ ਆ ਕੇ ਬੋਲਿਆ ਮੈਂ ਵੀਡੀਓ ਤਾਂ ਹੀ ਬਣਾਈ ਮੈਂ ਵੇਖਾਂ ਸੀ ਵੀ ਕੀ ਬੋਲਦਾ ਜਦ ਇਹ ਮੇਰੇ ਦਿਮਾਗ 'ਚ ਆ ਗਿਆ ਡਾਂਗ ਲਿਆ ਐਵੇਂ ਕਿਵੇਂ ਛੱਡ ਦਿੱਤਾ ਆਇਆ ਕਿੱਥੋਂ ਹੈ ਆਇਆ ਕਿੱਥੋਂ ਦੱਸ ਤੂੰ ਦੱਸ ਕਿੱਥੋਂ ਆਇਆ ਫਿਰ ਕਿੱਥੋਂ ਆਇਆ ਇਹ ਛੱਡ ਤੈਨੂੰ 8 ਤੱਕ ਖਤਮ ਕਰਾਉਂਦੇ ਹਾਂ ਤੂੰ ਆਇਆ ਸੋ ਦੋਸਤੋ ਦੇਖਿਆ ਤੁਸੀਂ ਕਿਵੇਂ ਇਹ ਲੋਕ ਝੂਠ ਬੋਲ ਕੇ ਸਮਾਜ ਸੇਵਾ ਕਰਨ ਵਾਲਿਆਂ ਨੂੰ ਪਾਗਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜਦਕਿ ਮਦਦ ਮੰਗਣ ਆਇਆ ਨੌਜਵਾਨ ਨਸ਼ਿਆਂ ਦਾ ਆਦੀ ਸੀ ਜਿਸ ਦੀ ਕਿ ਸੱਚਾਈ ਪਤਾ ਲੱਗਣ ਤੇ ਦਮਦਮੀ ਟਕਸਾਲੀ ਜਥੇ ਰਾਜਪੁਰਾ ਨੇ ਜੰਮ ਕੇ ਕੁੱਟਮਾਰ ਕੀਤੀ ਅਤੇ ਉਸਦੀ ਕੁੱਟਮਾਰ ਦੀ ਵੀਡੀਓ ਬਣਾ ਕੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕਰ ਦਿੱਤੀ ਤਾਂ ਕਿ ਹੋਰ ਸਮਾਜ ਸੇਵਾ ਕਰਨ ਵਾਲੇ ਵਿਅਕਤੀ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਹੋ ਸਕਣ ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫਿਰ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ